ਮਰ ਚੁਸ਼ਿੰਦਿਆ ਪਰ ਕਿਸੇ ਹੋਰ ਦੀ ਡੋਲੀ ਨਹੀਂ ਚੜ੍ਹਦੀ। ਹੋ ਸਕਦਾ ਹੈ ਤੈਨੂੰ ਇਹ ਝੂਠ ਲੱਗੇ ਪਰ ਇਹ ਸੱਚ ਹੈ। ਆਸ਼ਕਾਂ ਦੇ ਵੀ ਸਾਲੇ ਵੱਖਰੇ ਰੋਲ ਹੁੰਦੇ ਆ, ਜਾਂ ਤਾਂ ਬੋਲਦੇ ਹੀ ਨਹੀਂ ਜਾਂ ਫਿਰ ਸਟੈਂਡ ਲੈ ਜਾਂਦੇ ਆ। ਤੈਨੂੰ ਮਜ਼ਾਕ ਸੋਚ ਰਿਹਾ, ਉਹ ਲੋਕ ਬਹੁਤ ਖਤਰਨਾਕ ਨੇ। ਜਿੰਨਾ ਚਿਰ ਛਿੰਦੇ ਜੱਟ ਚ ਜਾਣਾ ਤੇਰੇ ਵੱਲ ਤਾਂ ਕੋਈ ਜਾਗ ਨਹੀਂ ਸਕਦਾ। ਹੋ ਸਕਦਾ ਤੈਨੂੰ ਇਹ ਝੂਠ ਲੱਗੇ ਪਰ ਇਹੀ ਸੱਚਾ। ਹੋ ਲੈ ਕੇ ਅਸਲਾਂ ਜੋ ਕਰਦੇ ਨੇ ਹਵਾ ਸੋਹਣੀਏ, ਹੱਪਾੜੂ ਅੱਖ ਵਾਲੀ ਘੂਰ ਨਾਲ ਬੱਟ ਹੋਣੀਏ। ਅਸਲਾ ਜੋ ਕਰਦੇ ਨੇ ਹਵਾ ਸੋਹਣੀਏ, ਨੀ ਪਾੜੂ ਅੱਖ ਵਾਲੀ ਘੂਰ ਨਾਲ ਪੱਟ ਹੋਣੀਏ। ਹੋਏ ਐਵੇਂ ਗੰਨਾ ਗੁੰਨਾ ਵਾਲੀਆਂ ਨੀ ਰੱਖੀਆਂ ਪਰ ਹਿੱਕ ਵਿੱਚ ਜਾਨ ਰੱਖੀਆ। ਦਿਲ ਡਾਲਰਾਂ ਤੋਂ ਹਾਏ ਨੀ ਪੌਂਡਾ ਨਾਲ, ਦਿਲ ਡਾਲਰਾਂ ਤੋਂ ਵੱਡਾ ਤੇਰੇ ਯਾਰ ਦਾ ਭਾਵੇਂ ਜੇਬ ਵਿੱਚ ਭਾਨ ਰੱਖੀਆ। ਹੋਏ ਐਵੇਂ ਗੰਨਾ ਗੁੰਨਾ ਵਾਲੀਆਂ ਨੀ ਰੱਖੀਆਂ ਪਰ ਹਿੱਕ ਵਿੱਚ ਜਾਨ ਰੱਖੀਆ। ਉਂਚ ਟੇਢੀ ਜਿਹੀ ਪੱਗ ਦੇ ਸ਼ਕੀਨ ਆ ਪਰ ਦਿਲ ਚ ਨਾ ਕਾਣ ਰੱਖੀਆ। ਦਿਲ ਡਾਲਰਾਂ ਤੋਂ ਹਾਏ ਨੀ ਪੌਂਡਾ ਨਾਲ, ਦਿਲ ਡਾਲਰਾਂ ਤੋਂ ਵੱਡਾ ਤੇਰੇ ਯਾਰ ਦਾ ਭਾਵੇਂ ਜੇਬ ਵਿੱਚ ਭਾਨ ਰੱਖੀਆ। ਐਵੇਂ ਗੰਨਾ ਗੁੰਨਾ ਵਾਲੀਆਂ ਨੀ ਰੱਖੀਆਂ ਪਰ ਹਿੱਕ ਵਿੱਚ। ਚਾਦਰੇ ਨਾ ਸ਼ਾਨ ਰੱਖੀਆ। ਦਿਲ ਡਾਲਰਾਂ ਤੋਂ ਹਾਏ ਨੀ ਪੌਂਡਾ ਨਾਲ, ਦਿਲ ਡਾਲਰਾਂ ਤੋਂ ਵੱਡਾ ਤੇਰੇ ਯਾਰ ਦਾ ਭਾਵੇਂ ਜੇਬ ਵਿੱਚ ਭਾਨ ਰੱਖੀਆ। ਐਵੇਂ ਗੰਨਾ ਗੁੰਨਾ ਵਾਲੀਆਂ ਨੀ ਰੱਖੀਆਂ ਪਰ ਹਿੱਕ ਵਿੱਚ ਜਾਨ ਰੱਖੀਆ। ਮੁੰਡੇ ਤੇ ਕੇਸ ਚੱਲਦੇ ਨੇ 8-9, ਮਸਾ ਮਸਾ ਪੁੱਛੇ ਆਏ ਉਮਰ ਕੈਦ ਤੋਂ। ਦਿਲ ਦਾ ਨੀ ਮਾੜਾ ਬਟ ਬੋਲਦਾ ਨੀ ਬਾੜਾ, ਇਹਦੇ ਬਾਰੇ ਪੁੱਛੋ ਪਿੰਡ ਦੀ ਪੰਚਾਇਤ ਤੋਂ। ਜਿਹੜੇ ਮੂਹਰੇ ਆ ਕੇ ਖੰਗਦੇ ਨੇ ਲੰਘਦੇ ਨੀ ਟੰਗ ਦੇਈਦੇ, ਬੁਕਰਿਆਂ ਦਾ ਰੋਬੀ ਅਤੇ ਬੂਥੇ ਦੋਵੇਂ ਭੰਨ ਦੇਈਦੇ। ਕੰਨਾਂ ਦਾ ਸ਼ੌਕ ਨਾ ਰੰਨਾ ਦਾ ਸ਼ੌਕ ਨਾ, ਗੱਲ ਕਰ ਪਿਆਰ ਨਾਲ ਪੌਂਕਣਾ। ਮੋੜ ਨੀਲਾ ਵਿੱਚ ਬੱਚੇ ਚਮਕੀਲਾ, ਗੱਡੀ ਗੁੱਡੀ ਲੈਣ ਵਾਸਤੇ ਨੀ ਵੇਚਿਆ ਕੋਈ ਕਿਲਾ। ਚਮਕਾ ਕੇ ਰੱਖਿਆ ਗੰਡਾ ਸਾ ਇੱਕ ਜਿਹੜਾ ਕਰ ਦਿੰਦਾ ਹਰ ਇੱਕ ਗੱਲ ਦਾ ਹਿੱਲਾ। ਹੱਪੀਰਾਏ ਕੋਟੀ ਦੇ ਯਾਰ ਸੋਹਣੀਏ, ਯਾਰਾਂ ਨਾਲ ਭਾਈਆ ਜਾ ਪਿਆਰ ਸੋਹਣੀਏ। ਹੱਪੀਰਾਏ ਕੋਟੀ ਦੇ ਯਾਰ ਸੋਹਣੀਏ, ਯਾਰਾਂ ਨਾਲ ਭਾਈਆ ਜਾ ਪਿਆਰ ਸੋਹਣੀਏ। ਗਿੱਪੀ ਤੇਰਾ ਨੋਟ ਨਹੀਂ ਉਹ ਵਾਰਦਾ, ਆਪਾਂ ਵਾਰਨੇ ਨੂੰ ਜਾਨ ਰੱਖਿਆ। ਦਿਲ ਡਾਲਰਾਂ ਤੋਂ ਵੱਡਾ ਤੇਰੇ ਯਾਰ ਦਾ ਭਾਵੇਂ ਜੇਬ ਵਿੱਚ ਭਾਨ ਰੱਖਿਆ। ਐਵੇਂ ਗੰਨਾ ਗੁੰਨਾ ਵਾਲੀਆਂ ਨੀ ਰੱਖੀਆਂ ਪਰ ਹਿੱਕ ਵਿੱਚ ਜਾਨ ਰੱਖਿਆ।
ਦੇਖ ਹਰਵੀਰ, ਆਹ ਜਿਹੜਾ ਸ਼ਰੀਕੇਬਾਜ਼ੀ ਵਾਲਾ ਝਗੜਾ ਹੈ, ਇਹਦੇ 'ਚੋਂ ਅੱਜ ਤੱਕ ਕਦੇ ਕਿਸੇ ਨੇ ਕੁਛ ਖੱਟਿਆ? ਨਾਲੇ ਜੇ ਮੈਂ ਰੋਮੀ ਦੇ ਗੋਗੀ ਦਾ ਮਾਮਾ ਤਾਂ ਤੇਰਾ ਵੀ ਤਾਂ ਮਾਮਾ ਹੀ ਲੱਗਿਆ। ਵੱਡਿਆਂ ਦੀ ਮੰਨੀ ਦੀ ਹੈ, ਆਹ ਜਿੱਦ ਛੱਡ ਦੇ ਜਿਹਦੇ ਕਰਕੇ ਤੈਨੂੰ ਨਿੱਕੇ ਹੁੰਦੇ ਨੂੰ ਜੇਲ੍ਹ ਜਾਣਾ ਪਿਆ। ਨੁਕਸਾਨ ਆਪਣਾ ਦੋਹਾਂ ਧਿਰਾਂ ਦਾ ਜਮ੍ਹਾਂ ਇੱਕੋ ਜਿਹਾ ਹੋਇਆ। ਇੱਧਰੋਂ ਬਾਈ ਬਲਦੇਵ ਗਿਆ ਤਾਂ ਉੱਧਰੋਂ ਤੇਰਾ ਚਾਚਾ ਵੀ ਗਿਆ। ਰਹੀ ਗੱਲ ਬਾਹਰ ਵਾਲੀ ਹਵੇਲੀ ਦੀ, ਉਹ ਸ਼ਦਾਈਆ ਤੂੰ ਇਕੱਲਾ ਕਾਰਾ ਬੰਦਾ ਹੈ, ਤੂੰ ਦੱਸ ਐਡੀ ਵੱਡੀ ਹਵੇਲੀ 'ਚ ਚੱਕਰਾਂ ਮਾਰਨੀਆਂ? ਤੇਰੇ ਵਾਸਤੇ ਆ ਘਰ ਬਹੁਤ ਹੈ ਨਾ ਰਹਿਣ ਵਾਸਤੇ। ਰੋਮੀ ਦਾ ਸੁਭਾਅ ਬਾਹਲਾ ਗਰਮ ਹੈ, ਕਹਿੰਦਾ ਅਸੀਂ ਨਹੀਂ ਨਿਆਈ ਵਾਲੀ ਜ਼ਮੀਨ ਮੋੜਨੀ। ਮੈਂ ਕਿਹਾ ਭਲਿਆ ਮਾਨਸਾ, ਪਿੰਡ ਵਾਲਿਆਂ ਦੇ ਮੂੰਹ ਮੱਥੇ ਲੱਗਣਾ ਕਿ ਨਹੀਂ ਲੱਗਣਾ? ਤੂੰ ਐਂ ਕਰ, ਨਹਿਰ ਵਾਲੇ 2 ਕਿੱਲੇ ਵਾਲਾ ਹੈ, ਜਿਹੜਾ ਕੁਛ ਮੈਂ ਕਿਹਾ ਠੀਕ ਹੈ ਨਾ ਤੇਰੇ ਵਾਸਤੇ? ਮੈਂ ਕਰਦਾ ਫਿਰ ਪੰਚਾਇਤ ਇਕੱਠੀ, ਲੱਗਦੇ ਹੱਥ ਆਪਾਂ ਪੰਚਾਇਤ ਮੂਹਰੇ ਵੀ ਸਾਰਾ ਕੁਛ ਨਿਪਟਾ ਹੀ ਦੇਈਏ। ਐਵੇਂ ਬਾਅਦ 'ਚ ਪਿੰਡ ਵਾਲੇ ਲੋਕ ਗੱਲਾਂ ਕਰਦੇ ਫਿਰਨਗੇ ਇੱਧਰ ਉੱਧਰ, ਨਾਲੇ ਸਾਡਾ ਕਿਹੜਾ ਕੋਈ ਵੈਰ ਹੈ? ਵੇਲੇ ਜਿੰਨਾ ਇਕੱਠ ਹੁੰਦਾ ਨਾਲ ਸਰਕਾਰਾਂ